ਅਸੀਂ ਦੱਸੀਏ ਕਿ ਸਾਡੀ ਪਛਾਣ ਕੀ ਹੈਗੀ। ਅਸੀਂ ਉਹ ਲੋਕ ਨਹੀਂ ਹੈਗੇ ਜਿਨ੍ਹਾਂ ਨੂੰ ਸਮਝ ਕੇ ਤੁਸੀਂ ਸਾਡੇ 'ਤੇ ਹਮਲੇ ਕਰਦੇ ਹੋ। ਆਪਣੇ ਅੰਬੈਸਡਰ ਪੈਦਾ ਕਰੀਏ ਜਿਹੜੇ ਸਪੋਰਟਸ ਦੇ ਵਿੱਚ ਜਾ ਕੇ ਅਤੇ ਦੇਸ਼ ਵਿਦੇਸ਼ ਦੇ ਵਿੱਚ ਸਾਡੀ ਜਿਹੜੀ ਪਛਾਣ ਹੈ ਉਸ ਨੂੰ ਉਜਾਗਰ ਕਰ ਸਕੇ। UK, ਕੈਨੇਡਾ, ਆਸਟ੍ਰੇਲੀਆ ਅਤੇ US ਵਗੈਰਾ ਅਤੇ ਈਵਨ ਕਿ ਇੱਥੋਂ ਮਲੇਸ਼ੀਆ ਤੋਂ, ਸਿੰਗਾਪੁਰ ਤੋਂ ਕਿ ਵੀ ਇੱਥੇ ਸਾਡੇ ਟੀਮ ਲੈ ਕੇ ਆਓ ਅਤੇ ਅਸੀਂ ਇਸ ਸਬਸੂਰ ਟੀਮ ਨੂੰ ਇੱਥੇ ਸਾਡੇ ਜਿਹੜੇ ਕਲੱਬ ਦੇ ਉਹਨਾਂ ਨਾਲ ਖੇਡੇ। ਬੱਚੇ ਆਮ ਕਰਕੇ ਕੀ ਕਰਦੇ ਆ ਕਿ ਦਾੜੀ ਕੇਸ ਕਟਾ ਕੇ ਖੇਡਦੇ ਆ, ਉਹਨਾਂ ਦੀ ਕੋਈ ਪਹਿਚਾਣ ਨਹੀਂ ਆਉਂਦੀ। ਅੱਛਾ, ਦੂਸਰੀ ਗੱਲ, ਜਦੋਂ ਬੱਚਾ ਆਪਣੀ ਪਹਿਚਾਣ ਨਾਲ ਖੇਡਦਾ ਨਾ ਉਹ ਜੀ ਜਾਨ ਲਾਉਂਦਾ, ਕਿਉਂਕਿ ਉਹਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਫੋਰਸ ਹੁੰਦੀ ਹੈ ਜਿਹੜੀ ਉਸ ਨੂੰ ਉਸਦੀ ਆਈਡੈਂਟੀ ਨੂੰ ਲੈ ਕੇ ਚੱਲਦੀ। ਬੱਚਿਆਂ ਨੂੰ ਅਗਰ ਨਸ਼ਿਆਂ 'ਚੋਂ ਬਾਹਰ ਕੱਢਣਾ ਹੈ ਤਾਂ ਖੇਡ ਜ਼ਰੂਰੀ। ਅਗਲੇ ਸਾਲ ਤੋਂ ਅਸੀਂ ਜਿਹੜਾ ਲੜਕੀਆਂ ਨੂੰ ਸ਼ਾਮਿਲ ਕਰ ਰਹੇ ਹਾਂ, ਉਹ ਵੀ ਸਭ ਸੂਰਤ ਬੱਚੀਆਂ ਜਿਹੜੀਆਂ ਹੋਣਗੀਆਂ। ਉਹ ਜਿਹੜੀ ਏਸ਼ੀਆ ਜਿੱਤੀ ਸੀ ਟੀਮ, ਉਹਦੇ 'ਚ 10 ਖਿਡਾਰੀ ਪੰਜਾਬ ਦੇ ਸੀ ਅਤੇ 10 ਖਿਡਾਰੀ ਜੂੜਿਆਂ ਵਾਲੇ ਸੀ। ਅਤੇ ਜਦੋਂ ਜਦੋਂ ਇਹ ਸਾਡੇ ਮੁੰਡੇ ਜੂੜਿਆਂ ਤੋਂ ਦੂਰ ਹੁੰਦੇ ਗਏ ਜਾਂ ਸਾਡੀ ਪੰਜਾਬ ਦੀ ਪ੍ਰਤੀਨਿਧਤਾ ਘੱਟਦੀ ਗਈ ਹੈ, ਤਾਂ ਤਿਉਂ ਤਿਉਂ ਸਾਡੀਆਂ ਖੇਡਾਂ ਦਾ ਵੀ ਡਾਊਨਫਾਲ ਹੁੰਦਾ ਰਿਹਾ। ਹੁਣ ਇਹ ਜਿਹੜਾ ਟੂਰਨਾਮੈਂਟ ਹੈ 30 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਅੰਮ੍ਰਿਤਸਰ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਉੱਥੋਂ ਜਿਹੜਾ ਇਸਦਾ ਉਦਘਾਟਨ ਹੈ ਜਥੇਦਾਰ ਸਾਹਿਬ ਕਰਨਗੇ। ਔਰ ਇਹ ਪੰਜਾਬ ਦੇ ਫੁੱਟਬਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਜਿਹੜਾ 5 ਲੱਖ ਰੁਪਏ ਇਸ ਜੇਤੂ ਟੀਮ ਦਾ ਇਨਾਮ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੋਵੇ ਤਾਂ ਮਾਨਸਿਕ ਕੋਸ਼ਿਸ਼ਾਂ ਦੇ ਨਾਲ ਨਾਲ ਸਰੀਰਕ ਕੋਸ਼ਿਸ਼ਾਂ ਵੀ ਹੋਣੀਆਂ ਲਾਜ਼ਮੀ ਨੇ ਤਾਂ ਜੋ ਸਾਡੇ ਸਮਾਜ ਦੇ ਵਿੱਚ ਅੱਛੇ ਨੌਜਵਾਨਾਂ ਦੀ ਜਿਹੜੀ ਆ ਉਹ ਭਰਮਾਰ ਹੋ ਸਕੇ ਅਤੇ ਪੰਜਾਬ ਦਾ ਜਾਂ ਸਾਡੇ ਸਮਾਜ ਦਾ ਜਿਹੜਾ ਭਵਿੱਖ ਆ ਉਹ ਉਜਵਲ ਹੋ ਸਕੇ। ਸਿੱਖ ਕੌਮ ਦੀ ਅਸੀਂ ਗੱਲ ਕਰੀਏ ਤਾਂ ਸਿੱਖ ਕੌਮ ਦੇ ਵਿੱਚ ਵੀ ਹਮੇਸ਼ਾ ਮਾਰਸ਼ਲ ਆਰਟਸ ਦਾ ਜਿਹੜਾ ਹਮੇਸ਼ਾ ਵੱਡਾ ਹਿੱਸਾ ਰਿਹਾ, ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੌਜਵਾਨਾਂ ਦੇ ਦਰਪੇਸ਼ ਨੇ। ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ, ਸਿੱਖੀ ਸਰੂਪ ਤੋਂ ਦੂਰ ਹੁੰਦੇ ਜਾ ਰਹੇ ਨੇ, ਅਤੇ ਇਸ ਮਾਹੌਲ ਦੇ ਵਿੱਚ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ। ਇੱਕ ਸਿੱਖੀ ਸਰੂਪ ਵਾਲੇ ਨੌਜਵਾਨਾਂ ਦੇ ਲਈ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਅਤੇ ਖਾਲਸਾ ਕਲੱਬ ਜਿਹੜੀ ਹੈ ਫੁੱਟਬਾਲ ਦੀ ਉਹਨਾਂ ਦੇ ਵੱਲੋਂ ਇਹ ਪੂਰਾ ਪ੍ਰੋਗਰਾਮ ਉਲੀਕਿਆ ਗਿਆ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਨੇ ਜਿਹੜੇ ਕਿ ਇਸ ਵੇਲੇ ਲੋਕ ਸੰਪਰਕ ਵਿਭਾਗ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਕੰਮ ਕਰ ਰਹੇ ਨੇ। ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਹਾਂ ਸਰ, ਸਭ ਤੋਂ ਪਹਿਲਾਂ ਜਿੱਦਾਂ ਹੁਣ ਇਸ ਟੂਰਨਾਮੈਂਟ ਦੀ ਗੱਲ ਕਰੀਏ, ਸਿੱਖੀ ਸਰੂਪ ਦਾ ਇਨੀਸ਼ੀਏਟਿਵ ਤੁਸੀਂ ਲਿਆ, ਇੱਕ ਬਹੁਤ ਵਧੀਆ ਉਪਰਾਲਾ ਆਪਾਂ ਕਹਿ ਸਕਦੇ, ਕਿਉਂਕਿ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਸਿੱਖੀ ਸਰੂਪ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਜਿਹੜਾ ਟੂਰਨਾਮੈਂਟ ਕਰਵਾਉਣਾ, ਫੁੱਟਬਾਲ ਦਾ ਟੂਰਨਾਮੈਂਟ ਕਰਵਾਉਣਾ ਅਤੇ ਸਿੱਖੀ ਸਰੂਪ ਨੂੰ ਵੀ ਇੱਕ ਲਾਜ਼ਮੀ ਆਪਾਂ ਵਿੱਚ ਰੱਖਣਾ, ਇਹ ਕਿਵੇਂ ਆਈਡੀਆ ਜਨਰੇਟ ਹੋਇਆ, ਕਿਵੇਂ ਇਹ ਥੋਟ ਆਇਆ ਦਿਮਾਗ ਦੇ ਵਿੱਚ ਕਿ ਇਹ ਕੰਮ ਵੀ ਕਰਨਾ ਚਾਹੀਦਾ? ਅਸਲ 'ਚ ਇਹ ਜਿਹੜਾ ਫੁੱਟਬਾਲ ਲਈ ਸਭ ਸੂਰਤ ਬੱਚਿਆਂ ਦਾ ਟੂਰਨਾਮੈਂਟ ਕਰਾਉਣ ਦਾ 2 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਜ਼ਿਆਦਾ ਸਾਡੇ 'ਤੇ ਵਿਦੇਸ਼ਾਂ ਦੇ ਵਿੱਚ ਸਾਨੂੰ ਮਿਸਟੇਕਨ ਆਈਡੈਂਟੀ ਨਾਲ, ਗਲਤ ਪਛਾਣ ਨਾਲ ਤਾਲਿਬਾਨ ਸਮਝ ਕੇ ਸਾਡੇ 'ਤੇ ਅਟੈਕ ਹੁੰਦੇ ਸੀਗੇ, ਉਦੋਂ ਉੱਥੇ ਨਿਊਜਰਸੀ 'ਚ ਇੱਕ ਕੰਪੇਨ ਚੱਲੀ ਸੀ ਸਾਡੇ, ਉੱਥੇ ਲੋਕਾਂ ਨੇ ਦੋਸਤਾਂ ਨੇ ਇਕੱਠਿਆਂ ਹੋ ਕੇ ਇੱਕ 1 ਮਿਲੀਅਨ ਤੋਂ ਉੱਪਰ ਪੈਸਾ ਖਰਚ ਕਰਕੇ ਇਸ ਕੰਪੇਨ ਨੂੰ ਸਕਸੈਸ ਕੀਤਾ ਕਿ ਅਸੀਂ ਦੱਸੀਏ ਕਿ ਸਾਡੀ ਪਛਾਣ ਕੀ ਹੈਗੀ, ਅਸੀਂ ਉਹ ਲੋਕ ਨਹੀਂ ਹੈਗੇ ਜਿਨ੍ਹਾਂ ਨੂੰ ਸਮਝ ਕੇ ਤੁਸੀਂ ਸਾਡੇ 'ਤੇ ਹਮਲੇ ਕਰਦੇ ਹੋ। ਅਤੇ ਉਹ ਉਹਨਾਂ ਡਿਸਕਸ਼ਨ ਦੇ ਵਿੱਚੋਂ ਜਿਹੜੀ ਸਾਰੀ ਗੱਲ ਇਹ ਨਿਕਲੀ ਕਿ ਨਹੀਂ ਇਹ, ਕਿਉਂਕਿ ਉਹ ਇੱਕ ਸਟੇਟ ਦੇ ਵਿੱਚ ਸੀ, ਮਤਲਬ ਇਹ ਤਾਂ ਹਰ ਥਾਂ 'ਤੇ ਸੀਗੀ ਸਾਡੇ ਨਾਲ, ਮੈਂ ਚਾਹੁੰਦਾ ਸੀ ਕਿ ਹਰ ਥਾਂ 'ਤੇ ਹੋਵੇ ਇਹ, ਮਤਲਬ ਸਾਡੀ ਆਈਡੈਂਟੀ ਪ੍ਰਮੋਟ ਹੋਵੇ। ਉਸ ਆਈਡੈਂਟੀ ਨੂੰ ਪ੍ਰਮੋਟ ਕਰਨ ਲਈ ਮੈਂ ਉੱਥੇ ਜਿਹੜਾ ਸੀਗਾ 2 ਸਾਲ ਪਹਿਲਾਂ ਆਈਡੀਆ ਦਿੱਤਾ ਸੀ ਕਿ ਆਪਾਂ ਜਿਹੜੀ ਸਪੋਰਟਸ ਹੁੰਦੀ ਆ ਉਹ ਉਸ ਦੇਸ਼ ਦੀ, ਉਸ ਸਟੇਟ ਦੀ ਜਾਂ ਉਸ ਕੌਮ ਦੀ ਇੱਕ ਐਂਬੈਸਡਰ ਹੁੰਦੀ ਆ, ਕਿ ਆਪਾਂ ਉਸ ਤਰੀਕੇ ਦੇ ਉਹੋ ਜਿਹੇ ਆਪਣੇ ਐਂਬੈਸਡਰ ਪੈਦਾ ਕਰੀਏ ਜਿਹੜੇ ਸਪੋਰਟਸ ਦੇ ਵਿੱਚ ਜਾ ਕੇ ਅਤੇ ਦੇਸ਼ ਵਿਦੇਸ਼ ਦੇ ਵਿੱਚ ਸਾਡੀ ਜਿਹੜੀ ਪਛਾਣ ਹੈ ਉਸ ਨੂੰ ਉਜਾਗਰ ਕਰ ਸਕਣ, ਕਿ ਸਾਡੀ ਜਿਹੜੀ ਹੈਗੀ ਆ ਸਾਨੂੰ ਮਿਸਟੇਕਨ ਆਈਡੈਂਟੀ ਕਰਕੇ ਹਮਲੇ ਹੁੰਦੇ ਆ ਉਹ ਰੁਕ ਸਕਣ। ਅਤੇ ਉਹ ਫਿਰ 2 ਸਾਲ ਤੋਂ ਮੈਂ ਇਸ ਦੇ ਪਿੱਛੇ ਲੱਗਿਆ ਹੋਇਆ ਸੀ, ਮੈਨੂੰ ਇਹ ਸੀਗਾ ਕਿ ਚਲੋ ਕੁਛ ਨਾ ਕੁਛ ਮੈਨੂੰ ਨਾਲ ਸਾਥੀ ਜੁੜਨ ਅਤੇ ਉਹ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਸੰਗਤ ਦੇ ਰੂਪ 'ਚ ਇਸ ਨੂੰ ਪ੍ਰਮੋਟ ਕਰੀਏ। ਮੇਰਾ ਇਕੱਲੇ ਕਹਿ ਰਹੇ ਦਾ ਤਾਂ ਇਹ ਕੰਮ ਮੇਰੇ ਬਸ ਦਾ ਰੋਗ ਨਹੀਂ ਸੀਗਾ, ਮੈਂ ਕੁਛ ਬਾਹਰ ਦੇਸ਼ਾਂ 'ਚ ਵੀ ਗਿਆ, ਉੱਥੇ ਵੀ ਦੋਸਤਾਂ ਨਾਲ ਇਹ ਆਈਡੀਆ ਰੱਖਿਆ। ਅਤੇ ਫਿਰ ਜਦੋਂ ਲੱਗਿਆ ਕਿ ਤੁਹਾਡੇ ਨਾਲ ਕੁਛ ਖੜ੍ਹੇ ਨੇ ਬੰਦੇ ਜਿਹੜੇ ਤੁਹਾਡੀ ਇਸ 'ਚ ਕੰਮ 'ਚ ਸਪੋਰਟ ਕਰਨਗੇ, ਨਾਲ ਤੁਰਨਗੇ,
ਅਤੇ ਮੇਰੀ ਸਲਾਹ ਸੀ ਕਿ ਉਹਨਾਂ ਨੂੰ ਅੱਗੇ ਲਾਵਾਂ ਅਤੇ ਮੇਰਾ ਆਈਡੀਆ ਪਿੱਛੇ ਹੋਵੇ ਅਤੇ ਉਹ ਲੱਗ ਕੇ ਅੱਗੇ ਤੁਰਨ ਅਤੇ ਆਪਾਂ ਇਸ ਨੂੰ ਕੰਮ ਨੂੰ ਸਿਰੇ ਲਾਈਏ। ਫਿਰ ਅਸੀਂ ਤਕਰੀਬਨ 6-8 ਮਹੀਨੇ ਹੋ ਗਏ ਅਤੇ ਜਦੋਂ ਇਸ 'ਤੇ ਕੰਮ ਕਰਨਾ ਸ਼ੁਰੂ ਕੀਤਾ, ਖਾਲਸਾ ਫੁੱਟਬਾਲ ਕਲੱਬ ਦੀ ਸਿਰਜਣਾ ਕੀਤੀ ਅਤੇ ਸਾਰੇ ਜਿਹੜੇ ਲਾਈਕ ਮਾਈਂਡਡ ਬੰਦੇ ਦੋਸਤ ਸੀਗੇ ਅਤੇ ਉਹਨਾਂ ਨੂੰ ਵਿੱਚ ਲਿਆ। ਸਭ ਤੋਂ ਪਹਿਲਾਂ ਜਿਹੜੇ ਮੇਰੇ ਨਾਲ ਜੁੜੇ ਡਾਕਟਰ ਪ੍ਰੀਤਮ ਸਿੰਘ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਸਪੋਰਟਸ ਡਾਇਰੈਕਟਰ ਨੇ, ਪਰ ਉੱਥੋਂ ਹੀ ਫੁੱਟਬਾਲ ਦੇ ਕੋਚ ਨੇ ਪਰਮਪ੍ਰੀਤ ਸਿੰਘ, ਅਤੇ ਇਹ ਉਸ ਤੋਂ ਬਾਅਦ ਸਹਰਭਜਨ ਸਿੰਘ ਜੀ ਨਿਊਜਰਸੀ ਤੋਂ, ਅਮਨਪ੍ਰੀਤ ਸਿੰਘ ਉਰੀ ਦੁਬਈ ਤੋਂ, ਇੱਥੋਂ ਗੁਰਬੰਸ ਸਿੰਘ ਉਰੀ ਅਤੇ ਹੋਰ ਸੱਜਣ ਮੇਰੇ ਨਾਲ ਕਾਫੀ ਇਸ ਸਾਡੀ ਟੀਮ ਦੇ ਵਿੱਚ ਇਹ ਜੁੜਦੇ ਗਏ। ਇੱਥੋਂ ਮੋਹਾਲੀ ਤੋਂ ਢੀਂਡਸਾ ਸਾਹਿਬ ਨੇ, ਹੋਰ ਕਈ ਬੰਦੇ ਜਿਹੜੇ ਮੇਰੇ ਨਾਲ ਇਸ ਟੀਮ 'ਚ ਆਏ, ਦੇਸ਼ਾਂ ਵਿਦੇਸ਼ਾਂ 'ਚੋਂ ਵੀ ਬੰਦੇ ਆਏ। ਉੱਥੋਂ ਕੈਨੇਡਾ ਤੋਂ ਨਾਗਰਾ ਸਾਹਿਬ, ਉਹਨਾਂ ਮੇਰੇ ਨਾਲ ਜੁੜੇ, ਅਤੇ ਹੋਰ ਯੂਕੇ ਤੋਂ ਇੱਕ ਮੇਰੇ ਦੋਸਤ ਨੇ ਪੰਜਾਬ ਫੁੱਟਬਾਲ ਕਲੱਬ ਵਾਲੇ ਹਰਪ੍ਰੀਤ ਸਿੰਘ, ਉਹਨਾਂ ਨੇ ਮੈਨੂੰ ਸਪੋਰਟ ਕੀਤੀ ਕਿ ਆਪਾਂ ਤੁਰੋ, ਮੈਨੂੰ ਬੂਸਟ ਕੀਤਾ ਉਹਨਾਂ ਨੇ। ਤਾਂ ਉੱਥੋਂ ਬਸ ਫਿਰ ਇਹ ਜਦੋਂ ਖਾਲਸਾ ਫੁੱਟਬਾਲ ਕਲੱਬ ਬਣਾਇਆ, ਰਜਿਸਟਰਡ ਕਰਾਇਆ ਇਸ ਨੂੰ ਪਹਿਲਾਂ, ਫਿਰ ਇਸ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਅਫੀਲੀਏਟ ਕੀਤਾ, ਪੰਜਾਬ ਫੁੱਟਬਾਲ ਐਸੋਸੀਏਸ਼ਨ ਐਂਡ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨਾਲ। ਫਿਰ ਜਿਹੜਾ ਇਹ ਟੂਰਨਾਮੈਂਟ ਸੀ ਸਿੱਖ ਫੁੱਟਬਾਲ ਕੱਪ ਜਿਹੜਾ ਅਸੀਂ ਉਲੀਕਿਆ ਸੀ, ਇਸ ਨੂੰ ਵੀ ਰਜਿਸਟਰਡ ਕਰਾਇਆ। ਇਹ ਵੀ ਅੱਜ ਜਿਹੜਾ ਟੂਰਨਾਮੈਂਟ ਹੈ, ਇਹ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਮਾਨਤਾ ਪ੍ਰਾਪਤ ਟੂਰਨਾਮੈਂਟ। ਜੀ, ਹੁਣ ਇਹ ਟੂਰਨਾਮੈਂਟ ਦੀ ਤੁਸੀਂ ਗੱਲ ਕੀਤੀ ਹੈ, ਟੂਰਨਾਮੈਂਟ ਕਦੋਂ ਸ਼ੁਰੂ ਹੋਣ ਜਾ ਰਿਹਾ, ਕਿੰਨੀਆਂ ਤਰੀਕਾਂ ਰੱਖੀਆਂ ਗਈਆਂ ਨੇ, ਕਦੋਂ ਤੱਕ ਚੱਲੇਗਾ ਟੂਰਨਾਮੈਂਟ? ਹਾਂਜੀ, ਇਹਦੇ 'ਚ ਅਸੀਂ ਜਦੋਂ ਫਿਰ ਸੋਚਿਆ ਕਿ ਇਹ ਸਾਰੇ ਮੇਰੇ ਦੋਸਤ ਕਹਿੰਦੇ ਕਿ ਆਪਾਂ ਇਹ ਕਰੋ, ਕੁਛ ਕੁ ਜ਼ਿਲ੍ਹੇ ਲੈ ਲਓ, ਆਪਾਂ ਹੁਣ ਜਿੰਨੇ ਜ਼ਿਲ੍ਹਿਆਂ 'ਚ ਜ਼ਿਆਦਾ ਫੁੱਟਬਾਲ ਦੀ ਕੋਨਸੈਂਟਰੇਸ਼ਨ ਹੈ ਅਤੇ ਪੂਰੇ ਪੰਜਾਬ 'ਚੋਂ ਹਰ ਜ਼ਿਲ੍ਹੇ 'ਚੋਂ ਟੀਮ ਨਹੀਂ ਬਣਨੀ। ਮੈਂ ਕਿਹਾ ਕੋਈ ਨਹੀਂ, ਆਪਾਂ ਇੱਕ ਵਾਰੀ ਕਿਸ਼ਤੀ ਠੇਲੋ, ਦੇਖੀ ਜਾਊਗੀ ਵੀ ਆਪਾਂ, ਪਰ ਜ਼ਿਲ੍ਹਾ ਨਾ ਕੋਈ ਛੱਡੋ। ਅਸੀਂ ਫਿਰ 22 ਦੇ 22 ਜ਼ਿਲ੍ਹੇ ਪੰਜਾਬ ਦੇ ਉਹ ਕੀਤੇ ਅਤੇ 23ਵਾਂ ਜ਼ਿਲ੍ਹਾ ਚੰਡੀਗੜ੍ਹ ਨਾਲ ਐਡ ਕੀਤਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ। ਅਤੇ ਪਹਿਲਾਂ ਤਾਂ ਇਹਨਾਂ ਦੇ ਸਿਲੈਕਸ਼ਨ ਟ੍ਰਾਇਲ ਹੋਏ ਟੀਮਾਂ ਦੇ, ਕਿਉਂਕਿ ਹਰ ਜ਼ਿਲ੍ਹੇ ਦੀ ਇੱਕ ਟੀਮ ਬਣਨੀ ਸੀ, 20 ਖਿਡਾਰੀ ਜਿਹੜੇ ਨੇ ਹਰ ਜ਼ਿਲ੍ਹੇ 'ਚੋਂ ਸਿਲੈਕਟ ਕਰਨੇ ਸੀ। ਔਰ ਬੜਾ ਸੋਹਣਾ ਹੁੰਗਾਰਾ ਮਿਲਿਆ ਹਰ ਜ਼ਿਲ੍ਹੇ ਦੇ ਵਿੱਚ ਜਦੋਂ ਅਸੀਂ ਟ੍ਰਾਇਲ ਰੱਖੇ ਸਟੇਡੀਅਮਾਂ ਦੇ ਵਿੱਚ, ਮਤਲਬ 100 ਤੋਂ ਲੈ ਕੇ 250 ਬੱਚਾ ਅਲੱਗ ਅਲੱਗ ਸਟੇਡੀਅਮ 'ਚ ਇਹਦੇ 'ਚ ਸਿਲੈਕਸ਼ਨ ਹੋਣ ਲਈ ਆਇਆ। ਅਤੇ ਕੁਛ ਬੱਚਿਆਂ ਨੂੰ ਪਤਾ ਵੀ ਨਹੀਂ ਸੀ, ਅੱਜ ਵੀ ਫੋਨ ਆ ਰਹੇ ਨੇ ਕਿ ਅਸੀਂ ਆਉਣਾ ਹੈ, ਪਰ ਉਹ ਮੈਂ ਕਿਹਾ ਹੁਣ ਤਾਂ ਸਿਲੈਕਸ਼ਨ ਟ੍ਰਾਇਲ ਹੋ ਚੁੱਕਿਆ। ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ 23 ਜ਼ਿਲ੍ਹਿਆਂ ਦੀਆਂ 20-20 ਖਿਡਾਰੀਆਂ ਦੀ ਇੱਕ ਇੱਕ ਟੀਮ ਜਿਹੜੀ ਆ ਪੂਰੀ ਸਿਲੈਕਟ ਕਰ ਚੁੱਕੇ ਹਾਂ। ਆ ਹੁਣ ਇਹ ਜਿਹੜਾ ਟੂਰਨਾਮੈਂਟ ਹੈ 30 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ, ਔਰ ਅੰਮ੍ਰਿਤਸਰ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਉੱਥੋਂ ਜਿਹੜਾ ਇਸ ਦਾ ਉਦਘਾਟਨ ਹੈ ਜਥੇਦਾਰ ਸਾਹਿਬ ਕਰਨਗੇ, ਔਰ 5 ਪਿਆਰੇ ਨੇ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ, ਉਹ ਅਰਦਾਸ ਕਰਨਗੇ ਇਸ ਟੂਰਨਾਮੈਂਟ ਦੀ। ਔਰ ਜਦੋਂ ਅਸੀਂ ਇਹ ਸੋਚਿਆ ਸੀਗਾ ਕਿ ਇਸ ਟੂਰਨਾਮੈਂਟ ਦਾ ਇੱਕ ਮਾਹੌਲ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਹੈ, ਅਤੇ ਇਸ ਕਰਕੇ ਸਾਡਾ ਇਹ ਸੀਗਾ ਕਿ ਉੱਥੇ ਮਾਹੌਲ ਵੀ ਇਸ ਤਰ੍ਹਾਂ ਦਾ ਹੋਵੇ, ਬੱਚਿਆਂ ਨੂੰ ਵੀ ਕੁਛ ਬਣੇ। ਤਾਂ ਅਸੀਂ ਇਹ ਸੋਚਿਆ ਕਿ ਇੱਕ ਤਾਂ ਜਦੋਂ ਟੂਰਨਾਮੈਂਟ ਸ਼ੁਰੂ ਹੋਵੇ ਤਾਂ ਜਿੰਨੇ ਵੀ ਦਰਸ਼ਕ, ਜਿੰਨੇ ਵੀ ਸਾਡੇ ਗੈਸਟ ਆਏ ਹੋਣਗੇ ਜਾਂ ਟੀਮਾਂ ਨੇ, ਉਹ 5 ਮੂਲ ਮੰਤਰ ਦੇ ਪਾਠ ਕਰਨਗੀਆਂ। ਉਸ ਤੋਂ ਬਾਅਦ ਉਸ ਟੂਰਨਾਮੈਂਟ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਊਗੀ। ਫਿਰ ਸਾਡੀ ਗੱਤਕੇ ਦੀ ਟੀਮ ਉੱਥੇ 10 ਮਿੰਟ ਲਈ ਆਪਣੇ ਜੰਗਜੂ ਕਲਾ ਦੇ ਜੌਹਰ ਦਿਖਾਊਗੀ। ਫਿਰ ਉਸ ਤੋਂ ਬਾਅਦ ਟੂਰਨਾਮੈਂਟ ਹੋਣਾ, ਅਤੇ ਟੂਰਨਾਮੈਂਟ ਦੇ ਦੌਰਾਨ ਵੀ ਜਿਹੜਾ 15 ਮਿੰਟ ਦਾ ਬ੍ਰੇਕ ਹੁੰਦੀ ਹੈ, ਉਹਦੇ 'ਚ ਵੀ 10 ਮਿੰਟ ਜਿਹੜਾ ਸਾਡਾ ਗੱਤਕਾ ਪੇਸ਼ ਹੋਊਗਾ। ਸਾਡਾ ਇਹ ਕਿ ਉੱਥੇ ਮਾਹੌਲ ਇੱਦਾਂ ਦਾ ਹੋਵੇ, ਬੱਚਿਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਮਿਲੇ, ਸਾਬਰ ਸੂਰਤ ਬੱਚਾ ਜਿਹੜਾ ਹੈਗਾ ਉਹ ਇਸ 'ਚ ਖੇਡ ਸਕੇ। ਇਹ ਸਾਡਾ ਇੱਕ ਉਦੇਸ਼ ਸੀਗਾ ਕਿ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲੇ। ਹੁਣ ਕਿਉਂਕਿ ਸਾਡਾ ਇਹ ਜਿਹੜਾ ਖਾਲਸਾ ਫੁੱਟਬਾਲ ਕਲੱਬ ਹੈ, ਇਹ ਰਜਿਸਟਰਡ ਹੈ ਫੁੱਟਬਾਲ ਫੈਡਰੇਸ਼ਨ ਨਾਲ। ਇਨ ਫਿਊਚਰ ਸਾਡੀ, ਅਸੀਂ ਜਦੋਂ ਇਹ 8 ਫਰਵਰੀ ਨੂੰ ਟੂਰਨਾਮੈਂਟ ਸਮਾਪਤ ਹੋ ਗਿਆ ਤਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਸਾਡੇ ਸਟੇਡੀਅਮਾਂ 'ਚ ਟੂਰਨਾਮੈਂਟ ਹੋਣੇ ਆ, ਅਤੇ ਇਹ ਟੀਮਾਂ ਆਪਸ 'ਚ ਖੇਡਣਗੀਆਂ, ਅਤੇ ਫਾਈਨਲ ਮੁਕਾਬਲਾ ਚੰਡੀਗੜ੍ਹ ਅਸੀਂ ਰੱਖਿਆ ਹੋਇਆ। ਅਤੇ ਉਸ ਤੋਂ ਬਾਅਦ ਸਾਡਾ ਇੱਕ ਸਿਲੈਕਸ਼ਨ ਟ੍ਰਾਇਲ ਫਿਰ ਹੋਊਗਾ। ਅਸੀਂ ਜ਼ਿਲ੍ਹਿਆਂ 'ਚੋਂ 2-2 ਬੱਚੇ ਚੁਣਦੇ ਜਾਣੇ ਆ ਜਦੋਂ ਟੂਰਨਾਮੈਂਟ ਹੁੰਦਾ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਿਹੜੀ ਫਾਈਨਲ ਟੀਮ ਆਉਣੀ ਆ, ਇਹ ਆਲਮੋਸਟ 40-50 ਬੱਚੇ ਹੋ ਜਾਣਗੇ ਸਾਡੇ ਕੋਲ। ਅਸੀਂ 40-50 ਚੋਂ ਫਿਰ 20 ਬੱਚੇ ਸਿਲੈਕਟ ਕਰਨੇ ਆ, ਮਤਲਬ ਤੁਸੀਂ ਇਹ ਕਹੋ ਕਿ ਪੂਰਾ ਪੰਜਾਬ ਚੰਡੀਗੜ੍ਹ ਉਹਨਾਂ ਦੀ ਕਰੀਮ ਕੱਢਣੀ ਆ। ਹਾਂ, ਉਹਨਾਂ ਦੀ। ਫਿਰ ਜਿਹੜੀ ਸਾਡੀ ਖਾਲਸਾ FC ਦੀ ਟੀਮ ਹੋਊਗੀ, ਉਹ ਟੀਮ ਇੱਕ ਤਾਂ ਜਿਹੜੇ ਸਾਡੇ ਫੁੱਟਬਾਲ ਫੈਡਰੇਸ਼ਨ ਦੇ ਅਫੀਸ਼ੀਅਲ ਟੂਰਨਾਮੈਂਟ ਹੁੰਦੇ ਆ ਉਹਨਾਂ ਦੇ ਵਿੱਚ ਖੇਡੂਗੀ, ਜਾਂ ਜਿਹੜੀਆਂ ਲੀਗਸ ਹੁੰਦੀਆਂ ਉਹਨਾਂ ਦੇ ਵਿੱਚ ਪਾਰਟੀਸਪੇਟ, ਅਫੀਸ਼ੀਅਲ ਲੀਗ ਜਿਹੜੀਆਂ ਹੁੰਦੀਆਂ ਉਹਨਾਂ 'ਚ ਖੇਡੂਗੀ। ਸੈਕੰਡਲੀ, ਉਸ ਤੋਂ ਬਿਨਾਂ ਸਾਡੇ ਜਿਹੜੇ ਬਾਹਰੋਂ ਸਾਨੂੰ ਸੱਦਾ ਪੱਤਰ ਆਏ ਆ, UK, ਕੈਨੇਡਾ, ਆਸਟ੍ਰੇਲੀਆ ਅਤੇ US ਵਗੈਰਾ, ਅਤੇ ਈਵਨ ਕਿ ਇੱਥੋਂ ਮਲੇਸ਼ੀਆ ਤੋਂ, ਸਿੰਗਾਪੁਰ ਤੋਂ, ਕਿ ਵੀ ਇੱਥੇ ਸਾਡੇ ਟੀਮ ਲੈ ਕੇ ਆਓ ਅਤੇ ਅਸੀਂ ਇਸ ਸਾਬਸੂਰ ਟੀਮ ਨੂੰ ਇੱਥੇ ਸਾਡੇ ਜਿਹੜੇ ਕਲੱਬ ਨੇ ਉਹਨਾਂ ਨਾਲ ਖੇਡੇ, ਅਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰਾਂਗੇ।
ਕਿ ਉਹਨਾਂ ਨਾਲ ਸਾਡੀ ਟੀਮ ਭਿੜੇ ਅਤੇ ਵਧੀਆ ਪਰਫੋਰਮੈਂਸ ਹੋਵੇ, ਸਾਡੇ ਉੱਥੇ ਜਿਹੜੀ ਆ ਲੋਕਾਂ ਦੀ ਇੱਕ ਮੈਸੇਜ ਆਵੇ ਜਿਹੜਾ ਅਸੀਂ ਦੇਣਾ ਚਾਹੁੰਦੇ ਹਾਂ। ਕਹਿ ਸਕਦੇ ਵੀ ਇੰਟਰਨੈਸ਼ਨਲ ਪੱਧਰ 'ਤੇ ਇਸ ਪੂਰੇ ਟੂਰਨਾਮੈਂਟ ਦਾ ਜਿਹੜਾ ਸਿੱਟਾ ਆ ਉਹ ਇੰਟਰਨੈਸ਼ਨਲ ਪੱਧਰ 'ਤੇ ਜਾ। ਜੀ ਜੀ ਜੀ, ਅਸੀਂ ਮਤਲਬ ਸਾਡਾ ਆ ਬੱਚਿਆਂ ਨੂੰ ਐਕਸਪੋਜ਼ਰ ਮਿਲੇ, ਬੱਚੇ ਖੇਡਣ, ਅਤੇ ਜਿਹੜੀ ਸਾਡੀ ਸੀਗੀ ਮਿਸਟੇਕਨ ਆਇਡੈਂਟੀ ਨੂੰ ਦੂਰ ਕਰਨ ਦੀ ਜਿਹੜੀ ਸਾਡੀ ਇੱਕ ਏਮ ਹੈਗਾ ਉਹ ਸਾਡਾ ਦੂਰ ਹੋਵੇ। ਬਿਲਕੁਲ, ਇਹਦੇ ਨਾਲ ਕਾਫ਼ੀ ਮੈਨੂੰ ਲੱਗਦਾ ਕਿ ਫਰਕ ਪਊਗਾ, ਕਿਉਂਕਿ ਜੇ ਇੱਕ ਟੀਮ ਫੁੱਟਬਾਲ ਦੇ ਜ਼ਰੀਏ ਜਾਣੀ ਕਿ ਖੇਡ ਦੇ ਜ਼ਰੀਏ ਉਹਨਾਂ ਤੱਕ ਆਪਣੀ ਪਹਿਚਾਣ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਵੱਡੀ ਕਾਮਯਾਬੀ ਹੋਵੇਗੀ ਸਾਡੀ। ਨਾਲ ਦੀ ਨਾਲ ਜਦੋਂ ਅਸੀਂ ਇਸ ਟੂਰਨਾਮੈਂਟ ਦੀ ਗੱਲ ਕਰੀਏ, ਸਿਰਫ ਲੜਕੀਆਂ ਵਾਸਤੇ ਟੂਰਨਾਮੈਂਟ ਜਾਂ ਲੜਕੀਆਂ ਵਾਸਤੇ ਵੀ ਕੁਛ ਰੱਖਿਆ ਗਿਆ? ਹਾਂਜੀ, ਉਹ ਇਹ ਸਾਡਾ ਫਸਟ ਟੂਰਨਾਮੈਂਟ ਹੈ ਜੀ ਕਲੱਬ ਦਾ। ਅਗਲੇ ਅਸੀਂ ਉਦੋਂ ਵੀ ਇਹ ਸੋਚਿਆ ਸੀਗਾ ਕਿਉਂਕਿ ਮਤਲਬ ਇੱਕੋ ਵਾਰ ਜੇ ਅਸੀਂ ਐਡਾ ਵੱਡਾ ਖਿਲਾਰਾ ਪਾ ਕੇ ਚੱਲ ਪੈਂਦੇ ਹਾਂ ਤਾਂ ਸਾਡੀ ਹਲੇ ਫਸਟ ਅਟੈਂਪਟ ਹੈ, ਉਹਦੇ 'ਚ ਅਸੀਂ ਬਹੁਤ ਗਲਤੀਆਂ ਕਰਾਂਗੇ, ਕੁਛ ਸਿੱਖਾਂਗੇ ਉਹਦੇ 'ਚੋਂ, ਅਤੇ ਅਗਲੇ ਸਾਲ ਨੂੰ ਜਿਹੜਾ ਸਾਡਾ ਅਸੀਂ ਹੋਰ ਵਧੀਆ ਤਰੀਕੇ ਨਾਲ ਕਰਨ ਜੋਗੇ ਹੋ ਜਾਵਾਂਗੇ। ਅਗਲੇ ਸਾਲ ਤੋਂ ਅਸੀਂ ਜਿਹੜਾ ਲੜਕੀਆਂ ਨੂੰ ਸ਼ਾਮਿਲ ਕਰ ਰਹੇ ਹਾਂ, ਉਹ ਵੀ ਸਭ ਸੂਰਤ ਬੱਚੀਆਂ ਜਿਹੜੀਆਂ ਹੋਣਗੀਆਂ। ਅਸੀਂ ਆਲਰੇਡੀ ਸਾਰੇ ਜ਼ਿਲ੍ਹਿਆਂ 'ਚ ਕਹਿਤਾ, ਈਵਨ ਕਿ ਟੀਮਾਂ ਵੀ ਤਿਆਰ ਹੋਣ ਲੱਗ ਗਈਆਂ ਕਿ ਅਗਲੇ ਸਾਲ ਟਰਾਇਲ ਦੇਣੇ ਨੇ ਬੱਚੀਆਂ। ਉਸ ਲਈ ਮਤਲਬ ਮੈਨੂੰ ਇੱਕ ਦੋ ਜ਼ਿਲ੍ਹਿਆਂ 'ਚੋਂ ਆਇਆ ਜੀ ਸਾਡੀ ਤਾਂ ਟੀਮ ਤਿਆਰ ਹੋਣੀ ਸ਼ੁਰੂ ਹੋ ਗਈ ਆ। ਅਤੇ ਇਸੇ ਤਰ੍ਹਾਂ ਹੁਣ ਜਦੋਂ ਅਸੀਂ ਸਾਡਾ ਇਹ ਚੱਲ ਰਿਹਾ ਸੀ, ਮੈਂ ਤੁਹਾਡੇ 'ਚ ਇੱਕ ਹੋਰ ਐਡ ਕਰਦਾ, ਅਤੇ ਮੈਨੂੰ ਹਰਿਆਣੇ 'ਚੋਂ ਆ ਗਿਆ ਕਿ ਜੀ ਸਾਡੀ ਟੀਮ ਕਿਵੇਂ ਖੇਡੂਗੀ। ਮੈਂ ਕਿਹਾ ਕੋਈ ਨਹੀਂ, ਤੁਸੀਂ ਟੀਮ ਤਿਆਰ ਕਰੋ, ਜਿਹੜੀ ਸਾਡੀ ਪੰਜਾਬ ਦੀ ਹੋ ਉਹ ਤੁਹਾਡੇ ਨਾਲ ਖੇਡੂਗੀ। ਅਤੇ ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਇੱਕ ਕੋਚ ਨੇ ਮੇਰੇ ਨੇੜੇ ਨੇ ਔਰ ਵਧੀਆ ਸਾਡੇ ਨਾਲ ਖੜ੍ਹਦੇ ਆ, ਉਹ ਕਹਿੰਦੇ ਮੈਂ ਜੰਮੂ ਕਸ਼ਮੀਰ ਦੀ ਟੀਮ ਤਿਆਰ ਕਰਦਾ, ਹਿਮਾਚਲ ਦੀ ਟੀਮ ਰੈਡੀ ਆ। ਅਤੇ ਇਸੇ ਤਰ੍ਹਾਂ ਅਸੀਂ ਦਿੱਲੀ ਅਤੇ ਦਿੱਲੀ 'ਚ ਕਿਹਾ ਕਿ ਟੀਮ ਤਿਆਰ ਕਰੋ। ਫਿਰ ਅਸੀਂ ਇਸੇ ਤਰ੍ਹਾਂ ਇਹਦਾ ਨੌਰਥ ਜ਼ੋਨ ਆਲ ਇੰਡੀਆ ਲੈਵਲ ਦਾ ਜਿਹੜਾ ਹੈਗਾ ਇੰਟਰ ਸਟੇਟ ਟੂਰਨਾਮੈਂਟ ਜਿਹੜੇ ਹੋਣਗੇ ਕਿ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲੇ, ਐਕਸਪੋਜ਼ਰ ਮਿਲੇ, ਬੱਚੇ ਖੇਡਣ। ਅਤੇ ਮੇਨ ਇਹਦਾ ਇਹ ਸੀਗਾ ਜੀ ਕਿ ਇੱਕ ਤਾਂ ਜਿਹੜਾ ਸਾਡਾ ਸਲੋਗਨ ਹੈ ਕਿ ਖੇਡਾਂ ਦੇ ਵਿੱਚ ਜਿਹੜਾ ਸਾਡਾ ਸਿੱਖੀ ਸਰੂਪ ਆ ਉਸਨੂੰ ਪ੍ਰਮੋਟ ਕਰੀਏ। ਬੱਚੇ ਆਮ ਕਰਕੇ ਕੀ ਕਰਦੇ ਆ ਕਿ ਦਾੜੀ ਕੇਸ ਕਟਾ ਕੇ ਖੇਡਦੇ ਆ, ਉਹਨਾਂ ਦੀ ਕੋਈ ਪਹਿਚਾਣ ਨਹੀਂ ਆਉਂਦੀ। ਅੱਛਾ, ਦੂਸਰੀ ਗੱਲ, ਜਦੋਂ ਬੱਚਾ ਆਪਦੀ ਪਹਿਚਾਣ ਨਾਲ ਖੇਡਦਾ ਨਾ, ਉਹ ਜੀ ਜਾਨ ਲਾਉਂਦਾ, ਕਿਉਂਕਿ ਉਹਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਫੋਰਸ ਹੁੰਦੀ ਆ ਜਿਹੜੀ ਉਸਨੂੰ ਉਸਦੀ ਆਇਡੈਂਟੀ ਨੂੰ ਲੈ ਕੇ ਚੱਲਦੀ ਆ। ਔਰ ਉਹ ਜਿਹੜੀ ਉਹ ਬੱਚਿਆਂ ਦੀ ਉਹ ਹੈਗੀ ਆ, ਉਹ ਅਸੀਂ ਉਹ ਉਭਾਰਨੀ ਚਾਹੁੰਦੇ ਹਾਂ। ਸੈਕੰਡਲੀ, ਜੋ ਬੱਚਿਆਂ ਨੂੰ ਅਗਰ ਨਸ਼ਿਆਂ 'ਚੋਂ ਬਾਹਰ ਕੱਢਣਾ ਤਾਂ ਖੇਡ ਜ਼ਰੂਰੀ ਆ। ਜੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜਾਂ ਆਪਣੇ ਸੱਭਿਆਚਾਰ ਨਾਲ ਜੋੜਨਾ ਤਾਂ ਖੇਡ ਜ਼ਰੂਰੀ ਆ। ਅਤੇ ਇਸੇ 'ਚ ਹੀ ਮੈਂ ਅਗਲੀ ਗੱਲ ਤੁਹਾਡੇ ਨਾਲ ਇਹ ਕਰਦਾ ਕਿ ਜਦੋਂ ਤੁਸੀਂ ਬੱਚਿਆਂ ਨੂੰ ਇਸ ਪਲੇਟਫਾਰਮ 'ਤੇ ਲਿਆਏ, ਉਹਨਾਂ ਨੂੰ ਨਸ਼ਿਆਂ 'ਚੋਂ ਕੱਢੇ, ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ, ਤਾਂ ਅਸੀਂ ਮਤਲਬ ਜਿਹੜਾ ਹੈਗਾ ਇਸ ਦੇ ਵਿੱਚ ਵੀ ਇੱਕ ਉਹ ਲੈ ਕੇ ਜਾ ਰਹੇ ਹੋਵਾਂਗੇ ਕਿ ਇੱਕ ਅੱਜ ਦੀ ਨੌਜਵਾਨੀ ਨੂੰ ਜਿੱਥੇ ਸਾਂਭਣ ਦੀ ਲੋੜ ਹੈ ਤਾਂ ਸਪੋਰਟਸ ਹੈ। ਇਹਦੇ 'ਚ ਮੈਂ ਇੱਕ ਤੁਹਾਨੂੰ ਵੱਡੀ ਗੱਲ ਕਰਦਾ ਕਿ ਆਪਾਂ ਇੱਕੋ ਵਾਰ ਸਾਡਾ ਇੰਡੀਆ ਫੁੱਟਬਾਲ 'ਚ ਏਸ਼ੀਆ ਕੱਪ ਜਿੱਤਿਆ। ਉਦੋਂ 1962 ਦੀ ਸ਼ਾਇਦ 4 ਦੀ ਗੱਲ ਹੈ, ਅਤੇ ਉਸ ਵੇਲੇ ਫੁੱਟਬਾਲ ਟੀਮ ਦੇ ਜਿਹੜੇ ਕੈਪਟਨ ਸੀਗੇ ਸਰ ਜਰਨੈਲ ਸਿੰਘ ਪਨਾਮ ਸੀਗੇ, ਮਾਲਪੁਰ ਕਰਕੇ ਉਹਨਾਂ ਨੂੰ ਕੀਤਾ ਜਾਂਦਾ। ਮਾਲਪੁਰ ਤਾਂ ਵੈਸੇ ਸਾਡੀ ਫੁੱਟਬਾਲ ਦੀ ਨਰਸਰੀ ਹੈ। ਉਹ ਜਿਹੜੀ ਏਸ਼ੀਆ ਜਿੱਤੀ ਸੀ ਟੀਮ, ਉਹਦੇ 'ਚ 10 ਖਿਡਾਰੀ ਪੰਜਾਬ ਦੇ ਸੀਗੇ, 10 ਖਿਡਾਰੀ ਜੂੜਿਆਂ ਵਾਲੇ ਸੀਗੇ, ਕੀਪਰ ਸਿਰਫ ਬਾਹਰਲਾ ਸੀ, ਕਿਉਂਕਿ ਇਨ ਗਰਾਊਂਡ ਜਿਹੜੇ ਹੁੰਦੇ ਨੇ 11 ਖਿਡਾਰੀ ਹੁੰਦੇ ਆ। ਉਹੀ ਟੀਮ ਨੇ ਫਿਰ ਓਲੰਪਿਕ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਜਦੋਂ ਅਸੀਂ ਪਹਿਲਾ ਓਲੰਪਿਕ ਹਾਕੀ ਦਾ ਜਿੱਤੇ ਹਾਂ, ਉਹਦੇ 'ਚ ਵੀ 8 ਖਿਡਾਰੀ ਜੂੜਿਆਂ ਵਾਲੇ ਸੀਗੇ। ਅਤੇ ਜਦੋਂ ਜਦੋਂ ਇਹ ਸਾਡੇ ਮੁੰਡੇ ਜੂੜਿਆਂ ਤੋਂ ਦੂਰ ਹੁੰਦੇ ਗਏ ਜਾਂ ਸਾਡੀ ਪੰਜਾਬ ਦੀ ਪ੍ਰਤੀਨਿਧਤਾ ਘਟਦੀ ਗਈ ਹੈ, ਤਾਂ ਤਿਉਂ ਤਿਉਂ ਸਾਡੀਆਂ ਖੇਡਾਂ ਦਾ ਵੀ ਡਾਊਨਫਾਲ ਹੁੰਦਾ ਰਿਹਾ। ਅਤੇ ਕਿਉਂਕਿ ਜਿਹੜਾ ਬੰਦਾ ਖੇਡ ਰਿਹਾ ਨਾ, ਉਹ ਇੱਕ ਉਸ ਨਾਲ ਖੇਡਦਾ ਹੁੰਦਾ, ਉਹਦੀ ਸਪਿਰਿਟ ਨਾਲ ਖੇਡ ਰਿਹਾ ਹੁੰਦਾ। ਜਦੋਂ ਉਹ ਬੰਦੇ 'ਚ ਸਪਿਰਿਟ ਨਹੀਂ ਰਹੀ ਤਾਂ ਗੇਮ 'ਚ ਸਪਿਰਿਟ ਕਿਸ ਤਰ੍ਹਾਂ ਦੀ ਆਉਂਦੀ ਹੈ ਨਾ, ਕਿਉਂਕਿ ਉਹਨੂੰ ਦੁਨੀਆ ਵਾਕਅਪ ਕਰ ਰਹੀ ਹੁੰਦੀ ਆ ਉਸ ਬੰਦੇ ਨੂੰ, ਉਸਦੀ ਦਿੱਖ ਨੂੰ ਲੈ ਕੇ ਜਾਂ ਉਸਨੂੰ ਕਰਕੇ। ਇਸ ਕਰਕੇ ਅਸੀਂ ਫਿਰ ਸੋਚਿਆ ਕਿ ਨਹੀਂ, ਇਹ ਖੇਡਾਂ ਦੇ ਵਿੱਚ ਜਿਹੜੀ ਹੈ ਨਾ ਉਹ ਸਪਿਰਿਟ ਹੋਣੀ ਚਾਹੀਦੀ ਹੈ। ਇਸ ਟੂਰਨਾਮੈਂਟ ਦੀ ਅਸੀਂ ਹੁਣ ਜਦ ਗੱਲ ਕਰਦੇ ਹਾਂ, ਇਹ ਬੱਚਿਆਂ ਨੂੰ ਕਿਉਂਕਿ ਹੱਲਾਸ਼ੇਰੀ ਦੇ ਲਈ ਕੁਝ ਨਾ ਕੁਝ ਸਾਨੂੰ ਦੇਣਾ ਪੈਂਦਾ, ਭਾਵੇਂ ਉਹ ਟਰੋਫੀਆਂ ਹੋਣ ਜਾਂ ਕੁਝ ਇਨਾਮ ਹੋਵੇ, ਅਤੇ ਇਸ ਟੂਰਨਾਮੈਂਟ ਦੇ ਵਿੱਚ ਕੀ ਖਾਸ ਰੱਖਿਆ ਗਿਆ ਕਿ ਜਿਹੜੇ ਨੌਜਵਾਨ ਜੁੜਨ ਨਾਲ ਦੀ ਨਾਲ ਉਹਨਾਂ ਨੂੰ ਹੱਲਾਸ਼ੇਰੀ ਵੀ ਮਿਲੇ? ਜਿਹਦਾ ਤੁਸੀਂ ਇੱਕ ਗਲਤ ਕਰੀ ਦਿੱਤੀ, ਪੁਆਇੰਟ ਇੱਕ ਬਹੁਤ ਵਧੀਆ ਰੱਖਤਾ ਕਿ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਆਪਣੇ ਸੂਬੇ ਨੂੰ ਆਪਣੀ ਪਹਿਚਾਣ ਨੂੰ ਪ੍ਰਤੀਨਿਧਿਤ ਕਰਨ ਦਾ ਮੌਕਾ ਮਿਲ ਜਾਊਗਾ। ਉਸ ਤੋਂ ਇਲਾਵਾ ਕੁਛ ਰੱਖਿਆ ਗਿਆ ਉਹਨਾਂ ਨੇ? ਹਾਂ, ਉਹਦੇ 'ਚ ਇਹ ਸੀਗਾ ਜੀ, ਫਿਰ ਜਿਹੜੇ ਮੇਰੇ ਨਾਲ ਦੇ ਸਾਰੇ ਕਲੱਬ ਦੇ ਅਹੁਦੇਦਾਰ ਨੇ, ਫਿਰ ਉੱਥੇ ਸੀਗਾ ਕਿ ਬੱਚਿਆਂ ਨੂੰ ਮਿਲੇ ਕੀ,
ਅਤੇ ਉਹ ਕਿਸ ਤਰ੍ਹਾਂ ਆਉਣਗੇ ਫਿਰ ਉਹ ਇਸ ਟੂਰਨਾਮੈਂਟ ਦੇ ਵਿੱਚ, ਅਤੇ ਫਿਰ ਉੱਥੇ ਉਹ ਸੋਚ ਸਾਚ ਕੇ ਸਾਰੀ ਗੱਲ ਕਰਕੇ ਤਾਂ ਕਹਿੰਦੇ ਜੀ ਵਧੀਆ ਇਨਾਮ ਰੱਖੋ ਜਿਹੜਾ ਪਹਿਲਾਂ ਅੱਜ ਤੱਕ ਨਹੀਂ ਰੱਖਿਆ। ਔਰ ਇਹ ਪੰਜਾਬ ਦੇ ਫੁੱਟਬਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਜਿਹੜਾ 5 ਲੱਖ ਰੁਪਏ ਇਸ ਜੇਤੂ ਟੀਮ ਦਾ ਇਨਾਮ ਹੈ ਔਰ ਦੂਜੀ ਟੀਮ ਦਾ 3 ਲੱਖ ਰੁਪਏ ਆ। ਫਿਰ ਕਹਿੰਦੇ ਵੀ ਨਹੀਂ, ਕੋਚ ਨੂੰ ਵੀ ਸਨਮਾਨਿਤ ਹੋਣਾ ਚਾਹੀਦਾ ਜਿਸ ਬੰਦੇ ਨੇ ਇੰਨੀ ਮਿਹਨਤ ਕਰਾਈ ਹੈ, ਤਾਂ ਉਸ ਕੋਚ ਲਈ 51,000 ਰੁਪਏ ਅਤੇ ਜਿਹੜਾ ਸੈਕਿੰਡ ਟੀਮ ਹੋਊਗੀ ਉਸਦੇ ਕੋਚ ਲਈ 31,000 ਰੁਪਏ। ਅਤੇ ਨਾਲ ਦੀ ਨਾਲ ਫਿਰ ਇਹ ਸੀਗਾ ਕਿ ਬੱਚੇ ਸਾਡੀ ਟੀਮ ਦੀ ਜਿਹੜੀ ਯੂਨੀਫਾਰਮ ਹੈ ਉਹ ਵੀ ਇੱਕ ਯੂਨੀਫਾਰਮਿਟੀ 'ਚ ਹੋਣੀ ਚਾਹੀਦੀ ਆ, ਅਤੇ ਇਹ ਨਾ ਹੋਵੇ ਕੋਈ ਕਿਹੋ ਜਿਹਾ ਪਾਈ ਫਿਰਦਾ ਕੋਈ ਕਿੱਦਾਂ ਦਾ ਹੋਵੇ। ਅਤੇ ਫਿਰ ਉੱਥੇ ਅਸੀਂ ਸਾਰੇ ਮੇਰੇ ਜਿਹੜੇ ਸਾਥੀ ਨੇ ਅਹੁਦੇਦਾਰ ਨੇ ਕਲੱਬ ਦੇ, ਉਹਨਾਂ ਨੇ ਇਹ ਸਾਰੀ ਪਲੈਨ ਬਣਾਈ ਕਿ 23 ਦੇ 23 ਜ਼ਿਲ੍ਹਿਆਂ ਦੇ 460 ਪਲੇਅਰ ਬਣ ਗਏ, 20 ਪਲੇਅਰ ਹਰ ਇੱਕ ਟੀਮ ਦੇ ਨੇ, ਪਲੱਸ 46 ਕੋਚਿਸ ਹੋ ਗਏ, ਅਤੇ ਆਲਮੋਸਟ 20 ਜਿਹੜੇ ਹੈਗੇ ਨੇ ਉਹ ਰੈਫਰੀਸ ਨੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਿਹੜੇ ਇਸ ਨੂੰ ਪਲੇ ਕਰਨਗੇ। ਸਾਡਾ ਅਸੀਂ ਉਹਦੇ 'ਚ ਨਹੀਂ ਰੋਲ ਹੈਗਾ, ਉਹ ਪੰਜਾਬ ਫੁੱਟਬਾਲ ਐਸੋਸੀਏਸ਼ਨ ਫਿਰ ਸੁਪਰਵਾਈਜ਼ ਕਰੂਗਾ ਉਸਨੂੰ, ਕਿਉਂਕਿ ਇਹ ਰਜਿਸਟਰਡ ਟੂਰਨਾਮੈਂਟ ਹੈ ਉੱਧਰੋਂ। ਅਤੇ ਉਹਦੇ 'ਚ ਫਿਰ ਹੈਗਾ ਕਿ ਅਸੀਂ ਉਹਨਾਂ ਨੂੰ ਇੱਕ ਤਾਂ ਟਰੈਕ ਸੂਟ ਕਲੱਬ ਵੱਲੋਂ ਫਰੀ ਦੇਣਾ, ਇੱਕ ਜਿਹੜੀ ਸਪੋਰਟਸ ਕਿੱਟ ਹੈਗੀ ਆ, ਹਾਂ ਟੀ ਸ਼ਰਟ ਅਤੇ ਸ਼ਾਰਟਸ ਹੁੰਦੀਆਂ, ਇੱਕ ਪਲੱਸ ਚੇਂਜਿੰਗ ਟੀ ਸ਼ਰਟ ਹੁੰਦੀ ਆ ਕਿ ਜਦੋਂ ਪਸੀਨਾ ਆ ਜਾਵੇ ਤਾਂ ਫਿਰ ਉਹ ਚੇਂਜ ਕਰਦੇ ਹੁੰਦੇ ਆ ਟੀ ਸ਼ਰਟ। ਇਹ 3 ਚੀਜ਼ਾਂ ਅਸੀਂ ਉਹਨਾਂ ਨੂੰ ਫਰੀ ਆਫ ਕੋਸਟ ਦੇ ਰਹੇ ਹਾਂ, ਪਲੱਸ ਜਿਹੜੀ ਗੱਤਕੇ ਦੀ ਟੀਮ ਨੇ ਪਰਫੋਰਮ ਕਰਨਾ ਉਹਨੂੰ ਵੀ ਅਸੀਂ 5,100 ਰੁਪਏ ਦੇ ਰਹੇ ਹਾਂ, ਅਤੇ ਪਲੱਸ ਜਿਹੜੀ ਟੀਮ ਅਵੇ ਦੀ ਟੀਮ ਕਹਿੰਦੇ ਹਾਂ, ਇੱਕ ਹੋਮ ਦੀ ਹੁੰਦੀ ਆ ਜਿਹੜੀ ਆਪਣੇ ਗਰਾਊਂਡ 'ਚ ਖੇਡ ਰਹੀ ਆ, ਇੱਕ ਅਵੇ ਦੀ ਟੀਮ ਬਾਹਰੋਂ ਆ ਕੇ ਖੇਡ ਰਹੀ ਹੁੰਦੀ ਆ ਉਹਨੂੰ ਅਵੇ ਕਹਿੰਦੇ ਹਾਂ, ਅਤੇ ਜਿਹੜੀ ਅਵੇ ਵਾਲੀ ਟੀਮ ਹੋਊ ਉਹਨੂੰ ਬਤੌਰ ਟਰੈਵਲਿੰਗ ਅਲਾਉਂਸ ਜਾਂ TA ਹੈਗਾ ਉਹ 5,100 ਰੁਪਏ ਦੇ ਰਹੇ ਹਾਂ। ਹਰਜੀਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਧਾਮ ਜਾਮ ਛੋਟਾ ਨਹੀਂ ਹੈਗਾ, ਕਾਫ਼ੀ ਆਪਾਂ ਕਹਿ ਸਕਦੇ ਇਹਦੇ ਪੈਰ ਪਸਰ ਚੁੱਕੇ ਨੇ ਜਾਂ ਕਾਫ਼ੀ ਕੁਝ ਇਹਦੇ ਵਿੱਚ ਇਨਵੈਸਟਮੈਂਟ ਵੀ ਹੋਣੀ ਹੈ, ਬਹੁਤ ਸਾਰਾ ਪੈਸਾ ਵੀ ਲੱਗਣਾ। ਜਦੋਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਵਿਦੇਸ਼ਾਂ 'ਚ ਬੈਠੇ ਸੱਜਣ ਤੁਹਾਨੂੰ ਇਸ ਵੇਲੇ ਸਪੋਰਟ ਕਰ ਰਹੇ ਨੇ, ਕੀ ਇਹ ਫਾਈਨੈਂਸਿਸ ਨੂੰ ਲੈ ਕੇ ਕਿਵੇਂ ਪੂਰਾ ਅਰੇਂਜ ਕੀਤਾ ਤੁਸੀਂ, ਕਿਉਂਕਿ ਇੱਕ ਪਾਸੇ ਸਰਕਾਰੀ ਨੌਕਰੀ ਹੈ, ਦੂਜੇ ਪਾਸੇ ਤੁਸੀਂ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਸਮਾਜ ਸੇਵਾ ਵਾਲਾ ਕੰਮ ਕਰ ਰਹੇ ਹੋ, ਸਾਰਾ ਬੈਲੈਂਸ ਕਿਵੇਂ ਕਰ ਰਹੇ ਹੋ ਇਹ, ਅਤੇ ਫਾਈਨੈਂਸਿਸ ਨੂੰ ਲੈ ਕੇ ਕਰ ਰਹੇ ਹੋ? ਉਹਦੇ 'ਚ ਇਹ ਆ ਜੀ, ਚਲੋ ਮੈਨੂੰ ਤੁਹਾਡੇ ਵਾਂਗੂ ਕਈਆਂ ਨੇ ਸਵਾਲ ਕੀਤੇ ਆ, ਅਤੇ ਫਿਲਹਾਲ ਤਾਂ ਅਸੀਂ ਗੁਰੂ ਸਾਹਿਬ 'ਤੇ ਉੱਠਾ ਜੀ, ਇਹ ਗੁਰੂ ਦਾ ਲੰਗਰ ਹੈ, ਅਤੇ ਹੋਰ ਤਾਂ ਸਾਨੂੰ ਕਿਸੇ ਪਾਸਿਓਂ ਕੋਈ ਮਤਲਬ ਕੋਈ ਸਰਕਾਰੀ ਇਮਦਾਦ ਜਾਂ ਕੋਈ ਹੋਰ ਕਿਸੇ ਸੰਸਥਾਵਾਂ ਦੀ ਮਦਦ ਜਾਂ ਹੋਰ ਕਿਸੇ ਪਾਸਿਓਂ ਸਾਡੇ ਕੋਲ ਕੋਈ ਆ ਜਾਏ ਉਹ ਤਾਂ ਨਹੀਂ ਗੱਲ ਹਲੇ ਹੋਈ, ਸਾਡੇ ਆਪਸੀ ਅਸੀਂ ਸਾਰੇ ਜਿਹੜੇ ਹੈਗੇ ਆ ਕੰਟਰੀਬਿਊਟ ਕਰ ਰਹੇ ਹਾਂ, ਅਤੇ ਜਾਂ ਥੋੜ੍ਹੇ ਬਹੁਤੇ ਜਿਹੜੇ ਸਾਡੇ ਸੱਜਣ ਨੇ US ਤੋਂ ਬੈਠੇ ਆ ਉਹਨਾਂ ਨੇ, ਕਲੱਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਭਜਨ ਸਿੰਘ ਜੀ, ਉਹਨਾਂ ਨੇ ਮਤਲਬ ਗੱਲ ਚੱਲੀ, ਕਹਿੰਦੇ ਪਹਿਲਾ ਨਾਮ ਮੇਰਾ 5 ਲੱਖ ਵਾਲਾ ਮੇਰੇ ਵੱਲੋਂ ਹੋਊਗਾ, ਅਤੇ ਪਰ ਉਸ ਤੋਂ ਬਾਅਦ ਜਿਹੜਾ ਹਲੇ ਬਾਕੀ ਦਾ ਆਉਣਾ ਹੈ ਜਾਂ ਉੱਦਾਂ ਆਉਣਾ ਉਹ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਰਨ। ਔਰ ਗੁਰੂ ਦਾ ਲੰਗਰ ਹੈ, ਅਸੀਂ ਤਾਂ ਸਾਰੇ ਕਹਿੰਦੇ ਹਾਂ ਕਿ ਮੈਂਬਰ ਬਣੋ ਪਹਿਲਾਂ ਤਾਂ ਕਲੱਬ ਦੇ, ਅਤੇ ਆਪਾਂ ਇਕੱਠੇ ਹੋ ਕੇ ਚਲਾਈਏ। ਸਾਡੀ ਇਹ ਸੀਗਾ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਅਸੀਂ ਕਿਸੇ ਕੋਲ ਨਾ ਜਾਈਏ ਕਿ ਸਾਨੂੰ ਪੈਸੇ ਦਿਓ ਅਸੀਂ ਟੂਰਨਾਮੈਂਟ ਕਰਾਉਣਾ, ਸਾਡੀ ਮੈਂਬਰਸ਼ਿਪ ਇੰਨੀ ਹੋ ਜਾਵੇ ਕਿ ਅਸੀਂ ਉਸ ਮੈਂਬਰਸ਼ਿਪ ਨਾਲ ਹਰ ਸਾਲ ਐਨੂਅਲ ਮੈਂਬਰਸ਼ਿਪ ਨਾਲ ਹੀ ਟੂਰਨਾਮੈਂਟ ਕਰਾ ਦਈਏ। ਮੇਰੀ ਇਹ ਹੈਗੀ ਆ, ਸਾਡੇ ਸਾਰੇ ਮੈਂਬਰਾਂ ਦੀ ਵੀ ਇਹੀ ਹੈਗੀ ਆ ਕਿ ਆਪਾਂ ਇੰਨੇ ਮੈਂਬਰ ਬਣਾਈਏ ਅਤੇ ਉਹਨੇ ਮੈਂਬਰ ਹਰ ਸਾਲ ਜਦੋਂ ਆਪਣੀ ਮੈਂਬਰਸ਼ਿਪ ਦੇਣ ਤਾਂ ਸਾਡਾ ਟੂਰਨਾਮੈਂਟ ਹੋ ਜਾਵੇ। ਮੇਰੀ ਕੋਸ਼ਿਸ਼ ਹੈ ਕਿ ਸੱਚੇ ਪਾਤਸ਼ਾਹ, ਇਹ ਸਾਡਾ ਆਲਮੋਸਟ ਜੀ 50 ਕੁ ਲੱਖ ਦਾ ਬਜਟ ਹੈਗਾ ਇਸ 'ਤੇ, ਠੀਕ ਹੈ, ਅਤੇ ਗੁਰੂ ਮਹਾਰਾਜ ਸਾਡੇ ਕੋਲ 10 ਦਿਨ ਹਫ਼ਤਾ ਹੈਗਾ, 1 ਹਫ਼ਤਾ ਟੂਰਨਾਮੈਂਟ ਹੋਣ ਜਾ ਰਿਹਾ, ਅਤੇ ਗੁਰੂ ਮਹਾਰਾਜ ਉਦੋਂ ਤੱਕ ਰਹਿਮਤ ਕਰਨਗੇ ਅਤੇ ਸਾਨੂੰ ਬਾ ਇੱਜ਼ਤ ਇਹ ਟੂਰਨਾਮੈਂਟ ਸਕਸੈਸਫੁਲੀ ਕਰਾਉਣ 'ਚ ਹੈਲਪ ਕਰਨਗੇ ਜੀ। ਹਰਜੀਤ ਜੀ, ਜੇ ਅਸੀਂ ਗੱਲ ਕਰੀਏ ਜਿੱਦਾਂ ਹੁਣ ਤੁਸੀਂ ਗੱਲ ਕੀਤਾ ਕਿ ਰਜਿਸਟਰਡ ਬਾਡੀ ਦੇ ਥਰੂ ਆਪਣਾ ਇਹ ਸਾਰਾ ਟੂਰਨਾਮੈਂਟ ਹੋ ਰਿਹਾ, ਕੀ ਤੁਸੀਂ ਸਰਕਾਰ ਤੱਕ ਵੀ, ਕਿਉਂਕਿ ਤੁਸੀਂ ਇਸ ਸਿਸਟਮ ਦੇ ਵਿੱਚ ਹੋ ਇਸ ਵੇਲੇ ਲੋਕ ਸੰਪਰਕ ਵਿਭਾਗ ਦੇ ਵਿੱਚ ਹੋ, ਕਿ ਸਰਕਾਰ ਤੱਕ ਵੀ ਪਹੁੰਚ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਟੂਰਨਾਮੈਂਟ ਦੇ ਵਿੱਚ ਕੋਈ ਨਾ ਕੋਈ ਸਰਕਾਰੀ ਮਦਦ ਵੀ ਦੇਣੀ ਚਾਹੀਦੀ ਹੈ ਇਸ ਵੇਲੇ? ਹਾਂ, ਅਸੀਂ ਕੀਤੀ ਸੀ, ਪਰ ਹਲੇ ਦੇਖੋ ਕਿੱਥੇ ਤੱਕ ਗੱਲ ਬਣਦੀ ਆ, ਉਹ ਆਉਣ ਵਾਲਾ ਸਮਾਂ ਦੱਸੂਗਾ ਜੀ। ਅਤੇ ਚਲੋ ਜਿੱਦਾਂ ਗੁਰੂ ਮਹਾਰਾਜ ਦੀ ਮਰਜ਼ੀ ਹੋਈ, ਪਰ ਹਲੇ ਤੱਕ ਕੋਈ ਰਿਸਪੋਂਸ ਨਹੀਂ ਹੈ ਹਲੇ ਤੱਕ। ਅਤੇ ਜੇ ਅਸੀਂ ਜਿੱਦਾਂ ਤੁਸੀਂ ਮੈਂਬਰਸ਼ਿਪ ਦੀ ਗੱਲ ਕੀਤੀ, ਮੈਂਬਰਸ਼ਿਪ ਬਣਨ ਦਾ ਕੀ ਇਹਦਾ? ਮੈਂਬਰਸ਼ਿਪ ਸਾਡੀ ਔਨਲਾਈਨ ਹੈ ਜੀ ਜੀ, ਵੈਬਸਾਈਟ ਬਣੀ ਹੈ, ਮੋਬਾਈਲ ਐਪ ਬਣਿਆ, ਉਹਦੇ 'ਤੇ ਕੋਈ ਵੀ ਬੰਦਾ ਔਨਲਾਈਨ ਮੈਂਬਰਸ਼ਿਪ ਆਪਣਾ ਇੱਕ ਪੂਰਾ ਫੋਰਮ ਭਰ ਕੇ ਸੋ ਦੈਟ ਸਾਡੇ ਕੋਲ ਆ ਜੂ, ਅਸੀਂ ਇੱਕ ਡਾਇਰੈਕਟਰੀ ਬਣਾਉਣੀ ਹੈ ਮੈਂਬਰਸ ਦੀ,
ਅਤੇ ਉੱਥੇ ਬੰਦਾ ਇਹਦੀ ਮੈਂਬਰਸ਼ਿਪ ਰੱਖੀ ਆ ਸੀ ਸਾਲਾਨਾ ਮੈਂਬਰਸ਼ਿਪ 5100 ਰੁਪਏ ਜੀ। ਕੋਈ ਵੀ ਬੰਦਾ ਡੋਨੇਟ ਕਰ ਸਕਦਾ ਔਨਲਾਈਨ ਹੀ ਅਤੇ ਔਨਲਾਈਨ ਮੈਂਬਰਸ਼ਿਪ ਭਰ ਸਕਦਾ। ਉਹ ਦੋਨਾਂ ਦੇ ਵੱਖੋ ਵੱਖਰੇ ਦੋ ਕੋਲਮ ਬਣਾਏ ਹੋਏ ਆ ਅਤੇ ਹਰ ਸਾਲ ਅਸੀਂ ਜਿੰਨੇ ਮੈਂਬਰ ਬਣਨਗੇ ਉਹਨਾਂ ਮੈਂਬਰ ਦਾ ਇੱਕ ਅਸੀਂ ਲੰਚ ਰੱਖਿਆ ਕਰਾਂਗੇ ਵਧੀਆ, ਸਾਡਾ ਪਰਿਵਾਰ ਜੁੜੂਗਾ ਉਸ 'ਤੇ, ਅਸੀਂ ਸਾਰਾ ਪਰਿਵਾਰ ਦੇਸ਼ਾਂ ਵਿਦੇਸ਼ਾਂ 'ਚੋਂ ਜਿੰਨੇ ਵੀ ਮੈਂਬਰ ਹੋਣਗੇ ਸਾਡੇ ਜਾਂ ਇੰਡੀਆ 'ਚੋਂ ਨੇ ਪੰਜਾਬ 'ਚੋਂ ਨੇ ਉਹ ਉੱਥੇ ਜੁੜਨਗੇ। ਉੱਥੇ ਅਸੀਂ ਫਿਰ 4 ਇਨਾਮ ਜਿਹੜੇ ਹੈਗੇ ਆ ਐਨੂਅਲ ਅਸੀਂ ਇੰਸਟੀਚਿਊਟ ਕੀਤੇ ਉੱਥੇ ਦਿਆ ਕਰਾਂਗੇ। ਇੱਕ ਤਾਂ ਇਹ ਆਪਸੀ ਇੰਟਰੈਕਸ਼ਨ ਹੋ ਜੂਗੀ, ਸੈਕਿੰਡਲੀ ਇਹ ਆ ਕਿ ਉਹਦੇ 'ਚ ਅਸੀਂ ਰੱਖਿਆ ਕਿ ਜਿਹੜਾ ਵੀ ਕੋਈ ਸਾਬਤ ਸੂਰਤ ਖਿਡਾਰੀ ਕਿਸੇ ਵੀ ਗੇਮ 'ਚ ਇੰਟਰਨੈਸ਼ਨਲ ਪੱਧਰ 'ਤੇ ਉਹਨੇ ਕੋਈ ਨੇਮ ਐਂਡ ਫੇਮ ਜਾਂ ਕੋਈ ਅਵਾਰਡ ਜਿੱਤਿਆ ਹੋਊਗਾ ਉਸ ਨੂੰ ਓਨਰ ਕਰਨਾ। ਇਸੇ ਤਰ੍ਹਾਂ ਹੀ ਕੋਈ ਕੋਚ, ਟੈਕਨੀਸ਼ੀਅਨ, ਕੁਛ ਵੀ ਉਹ ਰੈਫਰੀ ਜਿਹੜਾ ਹੈਗਾ ਸਾਬਤ ਸੂਰਤ, ਜਿਹਨੇ ਜਿਹਦੀ ਟੀਮ ਇੰਟਰਨੈਸ਼ਨਲ ਲੈਵਲ 'ਤੇ ਕੁਛ ਨਾ ਕੁਛ ਲੈ ਕੇ ਆਈ ਹੋਈ ਹੋਵੇ ਅਤੇ ਉਸ ਨੂੰ ਸਨਮਾਨਿਤ ਕਰਨਾ। ਇਸੇ ਤਰ੍ਹਾਂ ਹੀ ਜਿਹੜਾ ਜਿਹਨੇ ਖਾਲਸਾ ਫੁੱਟਬਾਲ ਕਲੱਬ ਲਈ ਕੋਈ ਐਡੀ ਵੱਡੀ ਹੈਲਪ ਕੀਤੀ ਆ, ਕੰਟਰੀਬਿਊਟ ਕੀਤਾ, ਕੋਈ ਸੇਵਾ ਕੀਤੀ ਆ, ਅਹੁਦੇਦਾਰਾਂ ਤੋਂ ਛੁੱਟ, ਜਿੰਨੇ ਅਹੁਦੇਦਾਰ ਨੇ ਉਹਨਾਂ ਨੂੰ ਨਹੀਂ, ਜਿਹਨੇ ਕਿਤੇ ਬਾਹਰੋਂ ਬੈਠੇ ਹਾਂ ਖਾਲਸਾ ਫੁੱਟਬਾਲ ਕਲੱਬ ਲਈ ਕੁਛ ਕੀਤਾ, ਇੱਕ ਉਹ ਹੈਗਾ। ਇੱਕ ਹੋਰ ਹੈਗਾ ਅਸੀਂ, ਸਾਡਾ ਇਹ ਆ ਕਿ ਸਭ ਨੂੰ ਪਤਾ ਲੱਗੇ, ਟਰਾਂਸਪੇਰੈਂਟ ਸਿਸਟਮ ਹੋਵੇ, ਸਾਡਾ ਚਾਰਟਰਡ ਅਕਾਊਂਟੈਂਟ ਨੇ ਇਹਦਾ ਉਹ ਕਰਨਾ, ਆਡਿਟ ਕਰਨਾ। ਅਸੀਂ ਹੁਣ ਵੀ ਜਿਹੜਾ ਸਾਡਾ ਗਰੁੱਪ ਬਣਿਆ ਹੋਇਆ ਵਟਸਐਪ 'ਤੇ, ਅਸੀਂ 15 ਦਿਨਾਂ ਬਾਅਦ ਇੱਕ ਬੈਂਕ ਦੀ ਸਟੇਟਮੈਂਟ ਲੈ ਕੇ ਉਸ ਗਰੁੱਪ 'ਚ ਪਾ ਦਿੰਦੇ ਹਾਂ ਕਿ ਆਪਣੇ ਕੋਲ ਇੰਨੇ ਫੰਡ ਆ ਗਏ, ਇੰਨੇ ਖਰਚੇ ਗਏ, ਆਹ ਆਪਣੇ ਕੋਲ ਨੇ। ਵੈਬਸਾਈਟ ਦੇ ਉੱਪਰ ਵੀ ਪਾਇਆ ਹੋਇਆ ਇੱਕ ਬਣਾਇਆ ਹੋਇਆ ਟੇਬਲ, ਸਾਡਾ ਜਿਹੜਾ ਉੱਥੇ ਅਕਾਊਂਟ ਸਟੇਟਮੈਂਟ ਹੋਊਗੀ ਜਿੰਨੀ ਸੀ ਇਹਦੀ, ਉਹ ਅਸੀਂ ਉੱਥੇ ਪਾਉਣੀ ਆ ਕਿ ਇੰਨੇ ਫੰਡ ਆਏ ਸੀ, ਇੰਨੇ ਯੂਟੀਲਾਈਜ਼ ਹੋਏ, ਆਹ ਇੱਥੇ ਸਾਡੇ ਕੋਲ ਪਿਆ। ਮਤਲਬ ਜੋ ਵੀ, ਚਾਹੇ ਜੀਰੋ ਬੈਲੈਂਸ ਹੈ ਚਾਹੇ ਕੁਛ ਵੀ ਆ, ਉਹ ਅਸੀਂ ਸੰਗਤ ਦੇ ਸਾਹਮਣੇ ਰੱਖਣਾ। ਕੋਈ ਵੀ, ਮਤਲਬ ਗੁਰੂ ਮਹਾਰਾਜ ਨੇ ਬਹੁਤ ਵੱਡਾ ਰੋਜ਼ੀ ਰੋਟੀ ਲਈ ਸਾਧਨ ਦਿੱਤਾ ਹੋਇਆ, ਸੱਚੇ ਪਾਤਸ਼ਾਹ ਮਤਲਬ ਇਹ ਸੇਵਾ ਲਵੇ। ਅਤੇ ਮੈਂ ਕਹਿੰਦਾ ਕਿ ਤੁਹਾਡੇ ਚੈਨਲ ਰਾਹੀਂ ਸਭ ਨੂੰ ਬੇਨਤੀ ਕਰੂੰਗਾ ਕਿ ਆਓ ਆਪਾਂ ਆਪਣੇ ਬੱਚਿਆਂ ਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਲਈ, ਆਪਣੀ ਜਿਹੜੀ ਆਇਡੈਂਟੀ ਆ ਮਿਸਟੇਕ ਇਨ ਆਇਡੈਂਟੀ ਦੇਸ਼ਾਂ ਵਿਦੇਸ਼ਾਂ 'ਚੋਂ, ਉਸ ਨੂੰ ਦੂਰ ਕਰਨ ਲਈ ਅਤੇ ਬੱਚਿਆਂ ਨੂੰ ਨਸ਼ਿਆਂ 'ਚੋਂ ਕੱਢਣ ਲਈ, ਚੰਗੇ ਪਾਸੇ ਤੋਰਨ ਲਈ। ਆਪਣਾ ਕੋਈ ਬੱਚਾ ਕਿਸੇ ਵੱਡੇ ਫੁੱਟਬਾਲ ਕਲੱਬਾਂ 'ਚ ਜਾ ਰਹੇ ਅਤੇ ਉੱਥੇ ਜਾ ਕੇ ਸਾਡਾ ਨਾਮਣਾ ਹੋਵੇ, ਮਤਲਬ ਇਸ ਪਹਿਚਾਣ ਦਾ, ਅਤੇ ਆਪਾਂ ਸੰਗਤੀ ਰੂਪ 'ਚ, ਲੰਗਰ ਰੂਪ 'ਚ ਆਪਾਂ ਖਾਲਸਾ ਫੁੱਟਬਾਲ ਕਲੱਬ ਨਾਲ ਜੁੜੀਏ, ਇਕੱਠੇ ਹੋ ਕੇ ਇਸ ਨੂੰ ਤੋਰੀਏ, ਸਫਲ ਬਣਾਈਏ। ਇੱਕ ਉਹ ਜਿਹੜੀ ਇੱਕ ਆਪਾਂ ਲੜਕੇ ਲੜਕੀਆਂ ਦੀ ਉਹ ਲੈ ਕੇ ਤੁਰੇ ਹਾਂ, ਭਾਵੇਂ ਫੁੱਟਬਾਲ 'ਚ ਸਾਡਾ ਇੰਡੀਆ ਦਾ ਬਹੁਤ ਥੱਲੇ ਨੰਬਰ ਹੈ, ਪਰ ਇੰਡੀਵਿਜੁਅਲ ਤੌਰ 'ਤੇ ਅਗਰ ਸਾਡਾ ਇੱਕ ਇੱਕ ਬੱਚਾ ਵੀ ਕਿਸੇ ਦੇਸ਼ਾਂ ਵਿਦੇਸ਼ਾਂ ਦੇ ਵੱਡੇ ਫੁੱਟਬਾਲ ਕਲੱਬਾਂ 'ਚ ਸਿਲੈਕਟ ਹੋ ਜਾਵੇ, ਇਹ ਸਾਡੀ ਪ੍ਰਾਪਤੀ ਹੋ ਜੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਕਿਉਂਕਿ ਇਸ ਵੇਲੇ ਸਮੇਂ ਦੀ ਜ਼ਰੂਰਤ ਵੀ ਹੈ ਅਤੇ ਤੁਹਾਡੇ ਵੱਲੋਂ ਜਿਹੜਾ ਉਪਰਾਲਾ, ਅਸੀਂ ਕੋਸ਼ਿਸ਼ ਸਾਡੇ ਵੱਲੋਂ ਤਾਂ ਇਹੀ ਹੋਵੇਗੀ ਕਿ ਅਜਿਹੇ ਉਪਰਾਲੇ ਹੋਰ ਵੀ ਹੁੰਦੇ ਰਹਿਣ, ਤਾਂ ਜੋ ਜਿਹੜੀ ਇੱਕ ਪਹਿਚਾਣ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਹਮੇਸ਼ਾ ਵਿਦੇਸ਼ਾਂ ਦੇ ਵਿੱਚ ਖੜ੍ਹਾ ਰਹਿੰਦਾ ਅਤੇ ਲਗਾਤਾਰ ਨਸਲੀ ਟਿੱਪਣੀਆਂ ਜਾਂ ਨਸਲੀ ਹਮਲੇ ਹੁੰਦੇ ਨੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਦੋਂ ਇੱਦਾਂ ਦੇ ਟੂਰਨਾਮੈਂਟ ਹੋਣਗੇ ਤਾਂ ਇੱਕ ਵਧੀਆ ਉਦਾਹਰਣ ਮੈਸੇਜ ਆਊਗਾ, ਵਧੀਆ ਮੈਸੇਜ ਆਊਗਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ।